ਇਹ ਹੁੰਦੀ ਹੈ ਸੱਚੀ ਸੁੱਚੀ ਤੇ ਨਿਰਸਵਾਰਥ ਸੇਵਾ। ਪਿਛਲੇ 5.5 ਸਾਲਾਂ ਤੋਂ ਗੀਤਾ ਲੁਥਰਾ ਨਾਂ ਦੀ ਇਹ 62 ਸਾਲਾ ਬਜ਼ੁਰਗ ਔਰਤ ਸਰਕਾਰੀ ਹਸਪਤਾਲ 'ਚ ਮਰੀਜ਼ਾਂ ਨੂੰ ਲੰਗਰ ਵਰਤਾ ਕੇ ਲਗਾਤਾਰ ਸੇਵਾ ਨਿਭਾ ਰਹੀ ਹੈ। ਅੱਜ ਕੱਲ੍ਹ ਦੇ ਦੌਰ ਵਿੱਚ ਜਿੱਥੇ ਰਿਸ਼ਤੇਦਾਰ ਇੱਕ ਦੂਜੇ ਤੋਂ ਪਾਸਾ ਵੱਟਦੇ ਨਜ਼ਰ ਆ ਰਹੇ ਨੇ, ਉੱਥੇ ਹੀ ਹਰ ਬੰਦਾ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਇੱਕ ਦੂਜੇ ਨੂੰ ਘਰ ਵਿੱਚ ਰਹਿਣ ਦੀ ਅਪੀਲ ਕਰ ਰਿਹਾ। ਪਰ ਇਸ ਬਜ਼ੁਰਗ ਮਾਤਾ ਦੀ ਹਿੰਮਤ ਕਾਬਿਲੇ ਤਾਰੀਫ ਹੈ। ਰੋਜ਼ਾਨਾ ਦੀ ਰੂਟੀਨ ਅਨੁਸਾਰ ਇਹ ਮਾਤਾ ਆਪਣੇ ਘਰੋਂ ਲੰਗਰ ਤਿਆਰ ਕਰਕੇ ਰਿਕਸ਼ੇ ਰਾਹੀਂ ਰਾਜਪੁਰਾ ਦੇ ਸਰਕਾਰੀ ਹਸਪਤਾਲ ਵਿੱਚ ਪੁੱਜਦੇ ਨੇ ਤੇ ਆਪ ਹੀ ਹਸਪਤਾਲ ਵਿੱਚ ਘੁੰਮ ਕੇ ਮਰੀਜ਼ਾਂ ਨੂੰ ਲੰਗਰ ਵੰਡਦੇ ਨੇ। ਬੀਬੀ ਗੀਤਾ ਲੁਥਰਾ ਦਾ ਕਹਿਣਾ ਹੈ ਕਿ ਉਹਨਾਂ ਦੇ ਬੇਟੇ ਵਿਦੇਸ਼ਾਂ 'ਚ ਰਹਿੰਦੇ ਨੇ ਤੇ ਬੇਟੀ ਦਿੱਲੀ ਵਿਆਹੀ ਹੋਈ ਹੈ। ਉਹਨਾਂ ਦੱਸਿਆ ਕਿ ਤਕਰੀਬਨ 6 ਸਾਲ ਪਹਿਲਾਂ ਉਹਨਾਂ ਦੇ ਪਤੀ ਦੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਉਹਨਾਂ ਵੱਲੋਂ ਰੋਜ਼ਾਨਾ ਇਹ ਸੇਵਾ ਨਿਭਾਈ ਜਾ ਰਹੀ ਹੈ। ਮੈਂ ਗੀਤਾ ਲੁਥਰਾ ਹੂੰ। ਤੁਸੀਂ ਕਿੱਥੇ ਦੇ ਰਹਿਣਾ ਹੋ? ਰਾਜਪੁਰਾ ਟਾਊਨ। 5.5 ਸਾਲ ਤੋਂ ਮੈਂ ਸੇਵਾ ਕਰ ਰਹੀ ਹਾਂ। ਨਹੀਂ, ਜੇ ਕੋਈ ਦਿੰਦਾ ਹੈ ਤਾਂ ਵੀ ਅਸੀਂ ਲੈ ਲੈਂਦੇ ਹਾਂ, ਜੇ ਘਾਟਾ ਵਾਧਾ ਹੁੰਦਾ ਅਸੀਂ ਉਹਨੂੰ ਪੂਰਾ ਕਰ ਦਿੰਦੇ ਹਾਂ, ਜੋ ਕੋਈ ਮਰਜ਼ੀ ਆਪਣੀ ਸ਼ਰਧਾ ਨਾਲ ਜਿੰਨਾ ਮਰਜ਼ੀ ਦੇਵੇ ਜਾਂ ਨਾ ਦੇਵੇ। ਤੁਸੀਂ ਰੈਗੂਲਰ 5 ਸਾਲਾਂ ਤੋਂ ਇਸਤਰੀ ਰਿਕਸ਼ੇ ਦੇ ਨਾਲ ਲੈ ਕੇ ਆਉਂਦੇ ਹੋ ਆਪਣੇ? ਹਾਂਜੀ ਹਾਂਜੀ ਹਾਂਜੀ, ਬੜੇ ਆਏ ਮੇਰੇ ਕੋਲ ਜੀ ਕਿ ਦੀਦੀ ਤੁਸੀਂ ਬਹੁਤ ਪਰੇਸ਼ਾਨ ਹੁੰਦੇ ਹੋ, ਅਸੀਂ ਕੱਲ੍ਹ ਰੇਹੜੀ ਭੇਜ ਦਾਂਗੇ ਅਤੇ ਤੁਸੀਂ ਤੰਗ ਨਾ ਹੋਇਆ ਕਰੋ। ਮੈਂ ਕਿਹਾ ਕੋਈ ਗੱਲ ਨਹੀਂ, ਭੇਜ ਦਿਓ, ਮੈਨੂੰ ਬਹੁਤ ਅੱਛਾ ਹੈ, ਮੈਂ ਵੀ ਆਰਾਮ ਮੰਗਦੀ ਹਾਂ। ਉਹਨਾਂ ਦੱਸਿਆ ਕਿ ਉਹਨਾਂ ਦੇ ਪਤੀ ਵੀ ਪ੍ਰਸਿੱਧ ਖੂਨਦਾਨੀ ਸਨ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ 140 ਵਾਰ ਖੂਨਦਾਨ ਕੀਤਾ। ਦਿਲੀ ਇੱਛਾ ਹੈ, ਦਿਲੀ ਭਾਵਨਾ ਹੈ ਕਿ ਮਾਲਿਕ ਬਸ ਮੁਝੇ ਇਹ ਸੇਵਾ ਕਰਦੇ ਕਰਦੇ ਤੂੰ ਲੈ ਜਾ, ਮੇਰੀ ਕੋਈ ਇੱਛਾ ਨਹੀਂ ਹੈ, ਕੋਈ ਪਰਸਨਲ ਨਹੀਂ ਹੈ, ਪਹਿਲੇ ਮੇਰੇ ਹਸਬੈਂਡ ਤੋਂ ਮੁਝੇ ਛੋੜ ਕੇ ਗਏ ਹੈ, ਬਸ ਤਬ ਕੇ ਬਾਅਦ ਮੈਨੇ ਆਪਣੀ ਲਾਈਫ ਬਸ ਯਹੀ ਹੀ ਕਰ। ਬੀਬੀ ਗੀਤਾ ਲੁਥਰਾ ਦਾ ਕਹਿਣਾ ਹੈ ਕਿ ਸਮਾਜ ਸੇਵਾ ਉਹਨਾਂ ਦੇ ਖੂਨ ਵਿੱਚ ਹੀ ਹੈ ਅਤੇ ਉਹਨਾਂ ਨੂੰ ਆਪਣੇ ਦਾਦਾ ਜੀ ਤੋਂ ਇਹ ਸਬਕ ਮਿਲਿਆ। ਇਸ ਦੇ ਨਾਲ ਹੀ ਉਹਨਾਂ ਨੇ ਅਪੀਲ ਕੀਤੀ ਹੈ ਕਿ ਸਰੀਰ ਬਜ਼ੁਰਗ ਹੋਣ ਨਾਲ ਉਹਨਾਂ ਨੂੰ ਹੁਣ ਔਖਿਆਈ ਦਾ ਸਾਹਮਣਾ ਕਰਨਾ ਪੈ ਰਿਹਾ। ਜੇਕਰ ਕੋਈ ਵੀ ਨੌਜਵਾਨ ਨਿਰਸਵਾਰਥ ਇਸ ਸੇਵਾ ਨੂੰ ਜਾਰੀ ਰੱਖਣਾ ਚਾਹੁੰਦਾ ਹੈ ਤਾਂ ਉਹਨਾਂ ਨਾਲ ਸੰਪਰਕ ਕਰੇ। ਇਸ ਦੇ ਨਾਲ ਹੀ ਉਹਨਾਂ ਨੇ ਅਪੀਲ ਕੀਤੀ ਹੈ ਕਿ ਸਰੀਰ ਬਜ਼ੁਰਗ ਹੋਣ ਨਾਲ ਉਹਨਾਂ ਨੂੰ ਹੁਣ ਔਖਿਆਈ ਮਹਿਸੂਸ ਹੋ ਰਹੀ ਹੈ ਅਤੇ ਜੇਕਰ ਕੋਈ ਵੀ ਨੌਜਵਾਨ ਨਿਰਸਵਾਰਥ ਇਸ ਸੇਵਾ ਨੂੰ ਅੱਗੇ ਜਾਰੀ ਰੱਖਣਾ ਚਾਹੁੰਦਾ ਹੈ ਤਾਂ ਉਹਨਾਂ ਨਾਲ ਜ਼ਰੂਰ ਸੰਪਰਕ ਕਰੇ। ਬੜੇ ਆਏ ਮੇਰੇ ਕੋਲ ਜੀ ਕਿ ਦੀਦੀ ਤੁਸੀਂ ਬਹੁਤ ਪਰੇਸ਼ਾਨ ਹੁੰਦੇ ਹੋ, ਅਸੀਂ ਕੱਲ੍ਹ ਰੇਹੜੀ ਭੇਜ ਦਾਂਗੇ ਅਤੇ ਤੁਸੀਂ ਤੰਗ ਨਾ ਹੋਇਆ ਕਰੋ। ਮੈਂ ਕਿਹਾ ਕੋਈ ਗੱਲ ਨਹੀਂ, ਭੇਜ ਦਿਓ, ਮੈਨੂੰ ਬਹੁਤ ਅੱਛਾ ਹੈ, ਮੈਂ ਵੀ ਆਰਾਮ ਮੰਗਦੀ ਹਾਂ, ਪਰ ਮਤਲਬ ਅੱਜ ਦੇ ਖਾਣੇ ਦੀ ਜ਼ਿੰਮੇਵਾਰੀ ਤੁਸੀਂ ਮੈਨੂੰ ਪਹਿਲਾਂ ਲਿਖ ਕੇ ਦੇਣੀ ਹੋਏਗੀ ਕਿ ਅੱਜ ਦੇ ਖਾਣੇ ਦੀ ਜ਼ਿੰਮੇਵਾਰੀ ਸਾਡੀ ਹੈ। ਦੇਖੋ ਜੀ, ਖਾਣਾ ਹੈ, ਕੋਈ ਕੱਲ੍ਹ ਨੂੰ ਕੁਛ ਵੀ ਮਿਕਸ ਕਰਦੇ, ਹੂ ਇਜ਼ ਦਾ ਰਿਸਪੋਂਸੀਬਲ ਫਾਰ ਦਿਸ। ਜਦ ਤੱਕ ਵਰਤਦਾ ਨਹੀਂ ਖਾਣਾ ਪੂਰਾ ਮੈਂ ਦਿੰਦੀ ਨਹੀਂ, ਤਦ ਤੱਕ ਮੈਂ ਖਾਣੇ ਨੂੰ ਛੱਡ ਕੇ ਇੱਧਰ ਉੱਧਰ ਦਿੰਦੀ। ਤੁਹਾਡੀ ਕਿੰਨੀ ਏਜ ਹੈ? ਮੈਂ ਮਤਲਬ 62 ਮੇਰਾ ਖਤਮ ਹੋਣ ਵਾਲਾ। ਨਹੀਂ, ਕੁੱਕ ਬਣਾਉਂਦੀ ਹੈ ਜੀ, ਸਾਡੀ ਸਰ ਨੇ ਉਹ ਕਰੀ ਹੋਈ ਹੈ ਜੀ, ਇਹ ਮਤਲਬ ਮੈਂ ਬਕਾਇਦਾ ਸਰ ਤੋਂ ਪਰਮਿਸ਼ਨ ਲਿੱਤੀ ਹੋਈ ਹੈ ਜੀ ਇਸ ਦੀ। ਸਾਡੀ ਇੱਕ ਸੰਸਥਾ ਹੈ ਹੈਲਪ ਫੀਡ ਦੋਜ਼ ਇਨ ਨੀਡ, ਸਾਡੀ ਕੁੱਕ ਵੀ ਹੈਗੀ ਹੈ ਅਤੇ ਅਸੀਂ ਖੁਦ ਵੀ ਮਤਲਬ ਇਹ ਕਰਦੇ ਹਾਂ। ਸੇਵਾ ਕਰਨ ਲਈ ਕੋਈ ਨਹੀਂ ਆਉਂਦਾ, ਹਰ ਕੋਈ ਬਸ ਮਤਲਬ ਸਾਨੂੰ ਕਾਰਡ ਬਣਵਾ ਦਿਓ, ਪਬਲਿਸਿਟੀ ਲਈ ਆਉਣ ਨੂੰ ਤਿਆਰ ਹੈ, ਸੇਵਾ ਕਰਨ ਨੂੰ ਕੋਈ ਤਿਆਰ ਨਹੀਂ ਹੈ, ਮੈਂ ਖੁਦ ਹੀ ਆਉਂਦੀ ਹਾਂ। ਤੇ ਤੁਸੀਂ ਕੀ ਜੌਬ ਕਰਦੇ ਹੋ? ਨਹੀਂ, ਮੈਂ ਹਾਊਸ ਵਾਈਫ ਹਾਂ, ਮੈਂ ਪਹਿਲਾਂ ਕਰੀ ਹੈ ਜੌਬ ਪ੍ਰਾਈਵੇਟ ਸਕੂਲਾਂ ਵਿੱਚ ਟੀਚਿੰਗ ਕੀਤੀ ਹੈ। ਹਾਂ, ਐਜ਼ ਏ ਟੀਚਰ ਮੈਂ ਜੌਬ ਕੀਤੀ ਹੈ। ਔਰ ਕਿੱਦਾਂ ਮਹਿਸੂਸ ਕਰਦੇ? ਬਹੁਤ ਮੇਰੇ ਮਨ ਨੂੰ ਸ਼ਾਂਤੀ ਮਿਲਦੀ ਹੈ ਜਿਸ ਦਿਨ ਮੈਂ ਥੋੜ੍ਹੀ ਠੀਕ ਨਾ ਹੋਵਾਂ ਜਾਂ ਮੇਰੀ ਤਬੀਅਤ ਠੀਕ ਨਾ ਹੋਏ, ਕਿਉਂਕਿ ਸੇਵਾ ਲਈ ਤਾਂ ਕੋਈ ਨਹੀਂ ਆਉਂਦਾ, ਫਿਰ ਉਸ ਦਿਨ ਖਾਣਾ ਨਹੀਂ ਆਉਂਦਾ, ਤਾਂ ਮਤਲਬ ਉਸ ਦਿਨ ਮੇਰੀ ਆਤਮਾ ਸਾਰਾ ਦਿਨ ਕਲਪਦੀ ਰਹਿੰਦੀ ਹੈ ਕਿ ਅੱਜ ਦਾ ਮੇਰਾ ਦਿਨ ਮੇਰੇ ਜੀਵਨ ਦਾ ਸਾਰਥਕ ਨਹੀਂ ਹੋਇਆ, ਮਤਲਬ ਬਹੁਤ ਮੇਰੀ ਆਤਮਾ ਪਰੇਸ਼ਾਨ ਹੁੰਦੀ ਹੈ। ਹੁਣ ਮੈਂ ਵੰਡ ਕੇ ਜਾਵਾਂਗੀ, ਮੈਂ ਸਵੇਰੇ ਨਾਸ਼ਤਾ ਵੀ ਨਹੀਂ ਕਰਕੇ ਆਉਂਦੀ, ਸਿਰਫ ਚਾਹ ਦਾ ਕੱਪ ਅਤੇ ਇੱਕ ਰਸ ਲਈਦਾ। ਹੁਣ ਮੈਂ ਜਾ ਕੇ ਨਾਸ਼ਤਾ ਵੀ ਕਰਾਂਗੀ ਅਤੇ ਖਾਣਾ ਵੀ ਖਾਵਾਂਗੀ, ਮੇਰਾ ਲੰਚ ਬਰੰਚ ਇੱਕੋ ਹੀ ਹੁੰਦਾ, 12-1 ਵੱਜ ਜਾਂਦੇ ਮੈਨੂੰ ਘਰ ਪਹੁੰਚਦੇ, ਕਿਉਂਕਿ ਇਹਨਾਂ ਨੂੰ ਕਲੀਨ ਕਰਵਾਉਣਾ ਹੈ, ਬਰਤਨਾਂ ਨੂੰ ਸਭ ਕੁਛ ਕਰਵਾਉਣ ਤੋਂ ਬਾਅਦ ਮੈਂ ਮਤਲਬ ਹੁਣ ਮੇਰੀ ਹੈਲਥ ਇੰਨੀ ਅਲਾਓ ਨਹੀਂ ਕਰਦੀ, ਮਤਲਬ ਮੈਂ ਬੋਲ ਵੀ ਨਹੀਂ ਜ਼ਿਆਦਾ ਸਕਦੀ ਅਤੇ ਮੈਂ ਇੰਨਾ ਬੋਲਣ ਨਾਲ ਮੈਨੂੰ ਥੋੜ੍ਹੀ ਉਹ ਮਹਿਸੂਸ ਹੁੰਦੀ ਹੈ, ਮਾਸਕ ਵੀ ਮੇਰਾ ਡਬਲ ਹੁੰਦਾ ਹੈ ਅਤੇ ਥੋੜ੍ਹਾ ਹਰ ਵਾਰ ਦਾ ਮੈਨੂੰ ਚੇਂਜ ਹੁੰਦਾ। ਸੋਮਵਾਰ ਅਸੀਂ ਵਾਈਫ ਦਾ ਨਾਮ ਮਨਾਉਂਦੇ ਹਾਂ, ਮੰਗਲਵਾਰ ਰਾਜਮਾਂਹ ਹੁੰਦੇ ਹੈ, ਬੁੱਧਵਾਰ ਮੂੰਗ, ਵੀਰਵਾਰ ਦਾਲ,
ਫਰਾਈਡੇ ਸੈਟਰਡੇ ਸਾਡੇ ਕਾਲੇ ਚੰਨੇ ਹੁੰਦੇ ਆ ਜਾਂ ਇੱਕ ਸੰਡੇ ਹੁਣ ਮੈਂ ਨਹੀਂ ਆਉਂਦੀ ਅਮੂਮਨ ਦਿੱਲੀ ਕਿੰਨਾ ਖਰਚਾ ਆ ਜਾਂਦਾ ਹੈ ਖਾਣਾ ਬਣਾਉਣ ਦਾ ਤਕਰੀਬਨ 22-23 ਸੌ ਦਾ ਖਰਚਾ ਦਿੱਲੀ ਦਾ ਖਰਚਾ ਬਾਈ ਹਾਂ 22-23 ਸੌ ਜੀ ਦਿੱਲੀ ਆਪਣੇ ਕੋਲੋਂ ਕਰਦੇ ਹੋ ਜਾਂ ਤੁਹਾਨੂੰ ਹੈਲਪ ਨਹੀਂ ਨਹੀਂ ਮੈਨੂੰ ਬਹੁਤ ਹੈਲਪ ਮਿਲਦੀ ਹੈ ਦੇਣ ਵਾਲੇ ਹੈ ਕਾਫੀ ਜਿਨ੍ਹਾਂ ਦੇ ਸੇਵਾ ਦੇ ਭਾਵ ਹੈ ਉਹ ਕਹਿੰਦੇ ਆ ਵੀ ਦੀਦੀ ਸਾਨੂੰ ਇੱਕ ਮਹੀਨੇ 'ਚ ਇੱਕ ਦਿਨ ਤਾਂ ਤੁਸੀਂ ਦਿਓ ਹੀ ਦਿਓ ਫਿਰ ਬਾਕੀ ਜੇ ਘੱਟ ਵੱਧ ਹੁੰਦਾ ਤਾਂ ਫਿਰ ਮੈਂ ਆਪੋ ਕਰ ਦੇਵਾਂ ਮੇਰਾ ਤਾਂ ਇਹਨਾਂ ਕੋਲ ਕੋਈ ਉਹ ਵੀ ਨਹੀਂ ਸੀ ਸਿਰਫ ਸਰ ਤੋਂ ਮੈਂ ਪਰਮਿਸ਼ਨ ਲਿੱਤੀ ਸੀ ਉਦੋਂ ਰਣਜੀਤ ਸਰ ਜੀ ਹੁੰਦੇ ਸੀ SMO ਉਹਨਾਂ ਤੋਂ ਮੈਂ ਪਰਮਿਸ਼ਨ ਲਿੱਤੀ ਸੀ ਅਤੇ ਮੇਰਾ ਲਗਾਤਾਰ ਚੱਲ ਮਤਲਬ ਮੈਂ ਰੋਜ਼ ਸਵੇਰੇ ਉੱਠਦੀ ਹਾਂ ਰੱਬ ਨੂੰ ਪ੍ਰਾਰਥਨਾ ਕਰਦੀ ਹਾਂ ਮਾਲਿਕਾ ਤੂੰ ਮੇਰੀ ਸੇਵਾ ਕਰਦੇ ਕਰਦੇ ਮੈਨੂੰ ਇੱਥੋਂ ਲੈ ਜਾਈਂ ਮੈਂ ਸਗੋਂ ਸਿਸਟਰ ਨੂੰ ਡਾਕਟਰ ਸਾਹਿਬ ਨੂੰ ਹਰਨੀਤ ਬੁਪਰ ਆਏ ਜੇ ਮੈਂ ਕਿਹਾ ਮੈਮ ਮੁਝੇ ਅਗਰ ਕਿਸੀ ਦਿਨ ਕੁਛ ਹੋ ਗਿਆ ਤਾਂ ਆਪ ਕਿਸ ਕੋ ਇਨਫੋਰਮ ਕਰੋਗੇ ਮੈਂ ਇਨਕੋ ਆਪਣੇ 4 ਨੰਬਰ ਦੇ ਕੇ ਗਈ ਵੀ ਜੋ ਮੇਰੇ ਨੀਅਰ ਐਂਡ ਡੀਅਰਸ ਹੈ ਵੀ ਆਪ ਉਨਕੋ ਇਨਫੋਰਮ ਕਰ ਦੇਣਾ ਮਤਲਬ ਜੋ ਮੇਰੀ ਦਿਲੀ ਇੱਛਾ ਹੈ ਦਿਲੀ ਭਾਵਨਾ ਹੈ ਕਿ ਮਾਲਿਕ ਬਸ ਮੁਝੇ ਇਹ ਸੇਵਾ ਕਰਦੇ ਕਰਦੇ ਤੂੰ ਲੈ ਜਾ ਮੇਰੀ ਕੋਈ ਇੱਛਾ ਨਹੀਂ ਹੈ ਕੋਈ ਪਰਸਨਲ ਨਹੀਂ ਹੈ 6 ਸਾਲ ਹੋਣੇ ਵਾਲੇ ਆ ਮੇਰੇ ਹਸਬੈਂਡ ਕੋ ਮੁਝੇ ਛੋੜ ਕੇ ਗਏ ਹੈ ਬਸ ਤਬ ਕੇ ਬਾਅਦ ਮੈਂ ਆਪਣੀ ਲਾਈਫ ਬਸ ਯਹੀ ਹੀ ਕਰ ਲਈ ਕੀ ਕਰਦੇ ਸੀ ਹਸਬੈਂਡ ਉਹ ਸਾਡੇ ਸ਼ੈਲਰ ਸੀ ਆੜਤ ਦਾ ਕੰਮ ਸੀ ਇੰਡਸਟਰੀਅਲ ਸਾਲਟ ਦਾ ਬਿਜ਼ਨਸ ਸੀ ਮੇਰਾ ਬੇਟਾ ਆਸਟ੍ਰੇਲੀਆ ਰਹਿੰਦਾ ਹੈ ਜੀ ਮੈਨੂੰ ਕੋਈ ਫਾਈਨੈਂਸ਼ਲੀ ਕੋਈ ਮੈਨੂੰ ਪ੍ਰੋਬਲਮ ਨਹੀਂ ਹੈ ਕੁਛ ਵੀ ਨਹੀਂ ਹੈ ਬੱਚੇ ਮੇਰੀ ਬਹੁਤ ਮੇਰੀ ਸੇਵਾ ਕਰ ਰਹੇ ਹੈ